साल पहला मैं अपना भोग पा चुके हैं। उस तो बाद अंतम बरसी मेरी जिनी हिम्मत थी मैं अपनी कमाई चो दिल फुल लेखे लाया ते आने वाली पीढ़ी नू आने वाले नौजवान नू मेरा संदेश है। जदों इंसान की मौत हो जाती है तो भोग पाया जाता है। जेकर आप वेखिए कि इस व्यक्ति ने अपना ही भोग पा लिया है पा रहा है 5 साल तो साल पहला भोग पाया सी ते हुण लगातार हरेक साल अपनी वर्षी मनाउंदा है। आपां तुहानू इस व्यक्ति नू मिलाउंदे आ। फतेहगढ़ पिंड माजरी मोडिया भजन सिंह नां दे व्यक्ति ने अपने ही 5वीं वर्षी सारियां रस्मां नाल मनाई। इन्ना ही बस नहीं कि कन्या नू भोजन ते गरीबां नू कंबल भी वंडे। हुण तुसीं सोचदे होवोगे कि इह भजन सिंह काफ़ी अमीर होवेगा। ਇਹ ਦਰਮਿਆਨੇ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਇਹ ਇੱਕ ਮਿੱਲ ਦੇ ਵਿੱਚ ਕੰਮ ਕਰਦਾ ਹੈ। ਬਾਬਾ ਭਜਨ ਸਿੰਘ ਦਾ ਕੀ ਕਹਿਣਾ ਹੈ ਆਉਣ ਵਾਲੀ ਪੀੜ੍ਹੀ ਵਾਸਤੇ? ਜਿਵੇਂ ਕਾਰਜ ਕਹਿੰਦਾ ਹੈ ਕਿ ਆਪਣੇ ਹੱਥੀਂ ਕਰ ਲੈਂਦੇ ਹਾਂ ਤਾਂ ਉਸ ਤੋਂ ਸਤੀ ਮਿਲਦੀ ਹੈ। ਇਹ ਉਸ ਦੀ 5ਵੀਂ ਵਰਸੀ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਜਿੰਨਾ ਚਿਰ ਜਿਉਂਦੇ ਉਹ ਆਪਣੀ ਵਰਸੀ ਨੂੰ ਇਸੇ ਤਰ੍ਹਾਂ ਮਨਾਉਂਦੇ ਰਹਿਣਗੇ। ਜੇਕਰ ਬਾਬੇ ਦੀ ਵਰਸੀ 'ਤੇ ਤੁਸੀਂ ਵੀ ਜਾਣਾ ਹੋਇਆ ਤਾਂ ਅਗਲੇ ਸਾਲ ਜ਼ਰੂਰ ਪਹੁੰਚੋ। ਅਤੇ ਇਹ ਉਹ ਕਹਿੰਦੇ ਆ ਕਿ ਜਿੰਨਾ ਚਿਰ ਉਹ ਜਿਉਣਗੇ ਉਹ ਆਪਣੀ ਵਰਸੀ ਮਨਾਉਂਦੇ ਰਹਿਣਗੇ। ਆਪਾਂ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਾਉਂਦੇ ਹਾਂ ਕਿ ਉਹ ਆਪਣੀ ਵਰਸੀ ਆਖਰ ਕਿਉਂ ਮਨਾਉਂਦੇ ਆ। ਆਪਾਂ ਸੁਣਦੇ ਹਾਂ ਉਹਨਾਂ ਦੇ ਮੂੰਹ। ਜਿਵੇਂ ਵਰਸੀ ਸੀਗੀ 5 ਸਾਲ ਪਹਿਲਾਂ ਮੈਂ ਆਪਣਾ ਭੋਗ ਪਾ ਚੁੱਕੀ ਹਾਂ ਅਤੇ ਉਸ ਤੋਂ ਬਾਅਦ ਅੰਤਮ ਵਰਸੀ ਮੇਰੀ ਜਿੰਨੀ ਹਿੰਮਤ ਸੀ ਮੈਂ ਆਪਣੀ ਕਮਾਈ ਚੋਂ ਦਿਲ ਫੁੱਲ ਲੇਖੇ ਲਾਇਆ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੇ ਨੌਜਵਾਨ ਨੂੰ ਮੇਰਾ ਸੰਦੇਸ਼ ਹੈ ਵੀ ਭਾਈ ਇਹ ਤੋਂ ਕੋਈ ਸਿੱਖਿਆ ਲੈ ਕੇ ਜਾਓ, ਗੁਰੂ ਮਹਾਰਾਜ ਦੇ ਲੜ ਲੱਗੋ, ਪਰਮਾਤਮਾ ਦਾ ਸਹਾਰਾ ਲਓ। ਵੀ ਮਹਾਰਾਜ ਦਾ ਬਸ ਇਹੀ ਖੁਸ਼ੀਆਂ ਨੇ ਵੀ ਮੈਨੂੰ ਜੋ ਬਖਸ਼ੀਆਂ ਨੇ ਹੁਣ ਤੁਹਾਨੂੰ ਆ ਕੇ ਹਿੰਮਤ ਬਖਸ਼ੀਆਂ ਤਾਂ ਮੈਂ ਉਹਨਾਂ ਦਾ ਸਾਰਿਆਂ ਨੂੰ ਸੰਦੇਸ਼ਾ ਦੇਣਾ ਚਾਹੁੰਦਾ ਕਿ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਭ ਨੂੰ। ਭਾਈ ਉਹਦੇ ਸਹਾਰੇ ਵਗੈਰਾ ਆਪਣਾ ਕੋਈ ਨਹੀਂ, ਕਿਹੜਾ ਇੱਕ ਜੀਵਨ ਆ ਆਪਣਾ ਦੁਬਾਰਾ ਨਹੀਂ ਹੈ। ਇਹ 'ਚ ਜੋ ਵੀ ਤੁਸੀਂ ਕਮਾ ਸਕਦੇ ਹੋ ਕਮਾ ਸਕਦੇ ਹੋ, ਤੁਹਾਡੇ ਹੱਥ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।